ਆ ਜਾਓ ਵੀ ਮਿੱਤਰੋ, ਆ ਜਾਓ, ਜ਼ਰੂਰੀ ਗੱਲ ਕਰਨੀ ਇੱਕ। ਲਾਈਵ ਹੋਇਆ ਜਾਂ ਨਹੀਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਬਾਕੀ ਹਾਂਜੀ ਹੋ ਗਿਆ ਲਾਈਵ। ਅਮਰਜੀਤ ਬੈਂਸ ਜੀ ਦਾ ਕਮੈਂਟ ਆ ਗਿਆ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਇੱਕ ਵੀਡੀਓ ਦੇਖੀ ਮੈਂ, ਵੈਸੇ ਮੈਂ ਲਾਈਵ ਸਿਰਫ ਉਹ ਵੀਡੀਓ ਕਰਕੇ ਹੋਇਆ, ਅਤੇ ਕੋਈ ਇਹ ਨਾ ਸਮਝ ਲਏ ਕਿ ਮੈਂ ਪਬਲਿਸਿਟੀ ਲਈ ਜਾਂ ਕੋਈ ਪਬਲਿਸਿਟੀ ਸਟੰਟ ਲਈ ਆ ਵੀਡੀਓ ਜਾਂ ਲਾਈਵ ਪਾ ਰਿਹਾ, ਕਿਉਂਕਿ ਉਹ ਗੱਲ ਮੈਨੂੰ ਚੁਭੀ ਆ, ਤਾਂ ਕਰਕੇ ਮੈਂ ਸਵੇਰੇ ਉੱਠਿਆ। ਸਨੈਪਚੈਟ 'ਤੇ ਕਈ ਵੀਡੀਓ ਆਈਆਂ, ਕਈ ਮੈਸੇਜ ਆਏ, ਕਹਿੰਦੇ ਬਾਈ ਊਂ ਤਾਂ ਬੜਾ ਫੈਨ ਬਣਿਆ ਫਿਰਦਾ ਕੱਟੜ ਬਾਈ ਬੱਬੂ ਮਾਨ ਦਾ, ਅਤੇ ਕੋਈ ਉਹਨਾਂ ਦੇ ਖਿਲਾਫ ਇੱਦਾਂ ਆਰਟਿਸਟ ਬੋਲ ਰਿਹਾ ਅਤੇ ਤੂੰ ਬੋਲ ਰਿਹਾ। ਕੋਈ ਆਮ ਬੰਦਾ ਬੋਲਦਾ, ਚਲੋ ਆਪਾਂ ਨਹੀਂ ਸੀ ਬੋਲਣਾ, ਇੱਕ ਆਰਟਿਸਟ ਹੋ ਕੇ ਇੱਕ ਆਰਟਿਸਟ ਨੂੰ ਇੱਦਾਂ ਬੋਲ ਰਹੇ ਨੇ, ਹੈ ਨਾ, ਉਹ ਚੰਗਾ ਨਹੀਂ ਲੱਗਿਆ ਮੈਨੂੰ। ਚਲੋ ਰਿਸਪੈਕਟ ਕਰਦਾ ਮੈਂ ਸਾਰੇ ਆਰਟਿਸਟਾਂ ਦੀ, ਰਿਸਪੈਕਟ ਕਰਦਾ ਉਹਨਾਂ ਦੀ ਵੀ, ਕਰਦਾ ਸੀ ਹੁਣ ਨਹੀਂ। ਅਤੇ ਲਾਈਵ ਹੋ ਕੇ ਬੋਲ ਰਹੇ ਨੇ ਕਿ ਬੱਬੂ ਮਾਨ ਦੇ ਜਿਹੜੇ ਫੈਨ ਨੇ ਉਹਨਾਂ ਨੂੰ, ਚਲੋ ਕੁਛ ਬੰਦੇ ਹੁੰਦੇ ਸ਼ਰਾਰਤੀ ਹੁੰਦੇ ਨੇ, ਉਹਨਾਂ ਨੂੰ ਕਹਿਣਾ ਵੀ ਚਾਹੀਦਾ, ਠੀਕ ਹੈ, ਜਿਹੜੇ ਸ਼ਰਾਰਤੀ ਹੁੰਦੇ ਨੇ ਉਹਨਾਂ ਨੂੰ ਕਹਿ ਦਿੰਦੇ, ਚਲੋ ਗੱਲ ਵੱਖਰੀ ਸੀ, ਉਹਨਾਂ ਨੇ ਸਾਰਿਆਂ ਨੂੰ ਕਹਿਤਾ। ਬਟ ਉਹ ਸਾਰਿਆਂ ਦੇ ਵਿੱਚ ਕੌਣ ਆਉਂਦਾ? ਮੈਂ ਵੀ ਆਉਂਦਾ, ਕਿਉਂਕਿ ਮੈਂ ਵੀ ਫੈਨ ਹਾਂ। ਮੈਂ ਸਿੰਗਿੰਗ ਤੋਂ ਪਹਿਲਾਂ ਇੱਕ ਰਾਈਟਰ ਸੀ, ਅਤੇ ਰਾਈਟਰ ਤੋਂ ਪਹਿਲਾਂ ਇੱਕ ਆਮ ਬੰਦਾ, ਅਤੇ ਮੈਂ ਉਸ ਟਾਈਮ ਦਾ ਫੈਨ ਹਾਂ ਬਾਈ ਜੀ ਦਾ, ਅਤੇ ਹਮੇਸ਼ਾ ਰਹੂੰਗਾ। ਅਤੇ ਜੇ ਲਿਖਣਾ ਸਿੱਖਿਆ ਜਾਂ ਮੇਰੇ ਮਨ ਦੇ ਵਿੱਚ ਆ ਸਿੰਗਿੰਗ ਜਾਂ ਲਿਖਣ ਵਾਲੀ ਕੋਈ ਵੀ ਥਾਊਟ ਆਇਆ ਸੀ ਮਾਇੰਡ 'ਚ, ਤਾਂ ਉਹਨਾਂ ਨੂੰ ਦੇਖ ਕੇ ਆਇਆ ਸੀਗਾ। ਅਤੇ ਅੱਜ ਜਦੋਂ ਮੈਂ ਉਹ ਮੈਡਮ ਜੀ ਦੀ ਵੀਡੀਓ ਦੇਖੀ ਤਾਂ ਬੜਾ ਗੁੱਸਾ ਆਇਆ ਮੈਨੂੰ, ਅਤੇ ਸਿੱਧਾ ਹੀ ਬੋਲ ਰਹੇ ਨੇ ਕਿ ਗਾਉਣਾ ਹੋਰ ਨੂੰ ਵੀ ਆਉਂਦਾ, ਇਕੱਲਾ ਤੁਹਾਨੂੰ ਨਹੀਂ ਆਉਂਦਾ। ਉਹ ਕਿੰਨਾ ਗਾਉਣਾ ਆਉਂਦਾ ਕਿੰਨਾ ਨਹੀਂ ਗਾਉਣਾ ਆਉਂਦਾ ਇਹ ਤਾਂ ਜਨਤਾ ਨੂੰ, ਸਾਰੀ ਨੂੰ ਪਤਾ, ਉਹ ਤੂੰ ਜੱਜ ਨਹੀਂ ਕਰ ਸਕਦੀ। ਅਤੇ ਬਾਕੀ ਸਾਰੇ ਫੈਨਸ ਨੂੰ ਬੋਲਿਆ ਉਹਨਾਂ ਨੇ, ਉਹ ਫੈਨਸ ਦੇ ਵਿੱਚ ਮੈਂ ਵੀ ਆਉਂਦਾ। ਅਤੇ ਜੇ ਫਿਰ ਵੀ ਕੋਈ ਸ਼ੱਕ ਰਹਿ ਗਿਆ ਹੋਵੇ ਤਾਂ ਇੱਕ ਗਾਣਾ ਆਇਆ ਸੀ ਮੇਰਾ ਕੱਟੜ ਫੈਨਸ ਉਹ ਬੱਬੂ ਮਾਨ, ਉਹ ਸੁਣ ਲਈ। ਅਤੇ ਇੱਕ ਗੱਲ ਹੋਰ, ਜਿਹੜੇ ਹੁਣ ਮੈਨੂੰ ਪਤਾ ਇਸ ਤੋਂ ਬਾਅਦ ਮੈਨੂੰ ਮਾੜੇ ਕਮੈਂਟ ਵੀ ਆਉਣੇ ਨੇ, ਅਤੇ ਕਈਆਂ ਦੇ ਲਈ ਮੈਂ ਗਲਤ ਵੀ ਹੋ ਜਾਣਾ, ਕਈ ਮੈਨੂੰ ਉਸ ਥਿੰਕਿੰਗ ਨਾਲ ਸੋਚਣਗੇ, ਅਤੇ ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ, ਕਿਉਂਕਿ ਮੈਂ ਇੱਕ ਸਿੰਗਿੰਗ ਦੇ ਵਿੱਚ ਆਇਆ ਸੀਗਾ, ਇੱਕ ਮਹਿਫਲਾਂ 'ਚ ਗਾਉਂਦੇ ਗਾਉਂਦੇ ਕਿਸੇ ਨੇ ਪੰਪ ਦੇ 'ਤੇ ਕਿਸੇ ਨੇ ਕੁਛ ਕਰਤਾ, ਹਾਂ ਬਈ ਤੂੰ ਵੀ ਗਾ ਸਕਦਾ, ਹੈ ਨਾ, ਆਪਾਂ ਗਾਉਣ ਲੱਗ ਗਏ, ਚਲੋ ਲਿਖਦੇ ਪਹਿਲਾਂ ਹੀ ਸੀਗੇ। ਅਤੇ ਇੱਕ ਸ਼ੌਂਕ ਨੂੰ ਆਇਆ ਮੈਂ ਆਪਣੇ ਨੂੰ, ਜੇ ਪੈਸਾ ਕਮਾਉਣਾ ਹੁੰਦਾ ਜਾਂ ਕੁਛ ਵੀ ਕਰਨਾ ਹੁੰਦਾ ਤਾਂ ਹੁਣ ਨੂੰ ਮੈਂ ਵੀ ਪਾਲਸ਼ਾਂ ਕਰ ਕਰਕੇ ਕਿਤੇ ਦੀ ਕਿਤੇ ਜਾ ਸਕਦਾ ਸੀਗਾ, ਬਟ ਨਹੀਂ, ਆਪਾਂ ਜੋ ਹੱਕ ਸਾਜਦਾ ਬਸ ਉਹੀ ਕਰੀਦਾ, ਥੋੜ੍ਹਾ ਕਰ ਲਓ ਪਰ ਵਧੀਆ ਕਰ ਲਓ, ਬਸ ਇਹ ਆਪਣਾ। ਬਟ ਉਹ ਵੀਡੀਓ ਤੁਸੀਂ ਚੈੱਕ ਕਰਿਓ, ਰੁਪਿੰਦਰ ਹੋਂਡਾ ਜੀ ਨੇ ਬੋਲਿਆ ਬੱਬੂ ਮਾਨ ਜੀ ਦੇ ਖਿਲਾਫ, ਉਹ ਵੀਡੀਓ ਚੈੱਕ ਕਰ ਰਹੇ ਹੋ, ਤੁਸੀਂ ਵੀ ਵੀਡੀਓ ਦੇਖੋਗੇ, ਤੁਹਾਨੂੰ ਵੀ ਗੁੱਸਾ ਆਉਣਾ ਜੇ ਤੁਸੀਂ ਫੋਲੋ ਕਰਦੇ ਹੋ ਬੱਬੂ ਮਾਨ ਉਸਤਾਦ ਜੀ ਨੂੰ, ਗੁੱਸਾ ਤੁਹਾਨੂੰ ਵੀ ਆਉਣਾ। ਬੋਲਣ ਨੂੰ ਬੜਾ ਜੀ ਕਰਦਾ ਮੇਰਾ, ਪਰ ਮੈਂ ਬੋਲ ਨਹੀਂ ਸਕਦਾ ਕਿਉਂਕਿ ਸੋਸ਼ਲ ਮੀਡੀਆ 'ਤੇ ਗੱਲ ਕਿਤੇ ਦੀ ਕਿਤੇ ਪਹੁੰਚ ਜਾਣੀ ਹੈ। ਬਾਕੀ ਇੱਕ ਆਰਟਿਸਟ ਹੋ ਕੇ ਕਿਸੇ ਆਰਟਿਸਟ ਨੂੰ ਇੱਦਾਂ ਚੈਲੇਂਜ ਕਰਨਾ ਗਲਤ ਆ, ਨਾਲੇ ਖਾਸ ਕਰਕੇ ਬੱਬੂ ਮਾਨ ਜੀ ਨੂੰ, ਉਹ ਤਾਂ ਬਾਹਲੀ ਗਲਤ ਗੱਲ ਆ, ਹੋਰ ਕਿਸੇ ਨੂੰ ਕਹਿ ਦਿੰਦੇ ਤਾਂ ਗੱਲ ਵੱਖਰੀ ਸੀ। ਬਾਕੀ ਇੱਕ ਵਾਰ ਕਮੈਂਟ ਵੀ ਪੜ੍ਹ ਲਈਏ ਕਿਹੜੇ ਕਿਹੜੇ ਵੀਰ ਆਪਣੇ ਸਪੋਰਟ 'ਚ ਨੇ। ਹਾਂਜੀ 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 ਬਾਈ ਜੀ, ਸੁਖਚੈਨ ਜਵੰਦਾ, ਅਮਰਜੀਤ ਬੈਂਸ, ਬਰਾੜ ਸਿੰਘ,
ਅਤੇ ਉਹ ਚੀਜ਼ ਨਹੀਂ ਕਰਨੀ ਚਾਹੀਦੀ ਸੀਗੀ, ਹੈ ਨਾ, ਇੱਦਾਂ ਨਹੀਂ ਬੋਲਣਾ ਚਾਹੀਦਾ ਸੀ, ਕਿਉਂਕਿ ਹਰ ਇੱਕ ਬੰਦੇ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ। ਕੱਲ੍ਹ ਨੂੰ ਕੋਈ ਵੀ ਆਰਟਿਸਟ ਚਲੋ ਤੁਹਾਡੇ ਖਿਲਾਫ਼ ਬੋਲ ਵੀ ਜਾਂਦਾ, ਉਹ ਗੱਲ ਵੱਖਰੀ, ਇੱਕ ਨਾਲ ਉਹਦੇ ਫੈਨਸ ਨੂੰ ਵੀ ਚੈਲੇਂਜ ਕਰ ਦੇਣਾ, ਹੈ ਨਾ, ਉਹਨਾਂ ਨੂੰ ਵੀ ਤੁਸੀਂ ਗਲਤ ਬੋਲ ਰਹੇ ਹੋ। ਪਹਿਲਾਂ ਤੁਸੀਂ ਉਸ ਬੰਦੇ ਦਾ ਨਾਮ ਲੈ ਕੇ ਪਬਲਿਸਿਟੀ, ਹੈ ਨਾ, ਲੈਣ ਵਾਸਤੇ ਨਾਮ ਲੈ ਕੇ ਉੱਪਰ ਜਾਂਦੇ ਹੋ, ਉਹਦੀ ਫੈਨ ਫੋਲੋਇੰਗ ਨੂੰ ਆਪਦੇ ਵੱਲ ਖਿੱਚਦੇ ਹੋ, ਅਤੇ ਉਸ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਨਾਂ ਬਣ ਜਾਂਦਾ ਜਾਂ ਹਿੱਟ ਹੋ ਜਾਂਦੇ ਹੋ, ਅਤੇ ਉਸ ਤੋਂ ਬਾਅਦ ਉਹਦੇ ਖਿਲਾਫ਼ ਹੋ ਜਾਂਦੇ ਹੋ, ਉਸ ਤੋਂ ਬਾਅਦ ਤੁਸੀਂ ਆਪ ਸਮਝਣ ਲੱਗ ਜਾਂਦੇ ਹੋ ਕਿ ਹਾਂ ਬੱਬੂ ਮਨ ਮੈਂ ਹੀ ਹਾਂ। ਇਹ ਇੱਦਾਂ ਨਹੀਂ ਹੁੰਦਾ ਕਦੇ ਵੀ, ਜੋ ਉਸਤਾਦ ਲੋਕ ਨੇ ਉਹ ਤਾਂ ਉਸਤਾਦ ਹੀ ਰਹਿਣਗੇ। ਬਾਕੀ ਇਹ ਗੱਲ ਮੈਂ ਲਾਈਵ ਤਾਂ ਹੋਇਆ ਕਿਉਂਕਿ ਫੈਨ ਨੂੰ ਗਲਤ ਬੋਲਿਆ, ਬਾਈ ਨੂੰ ਤਾਂ ਬੋਲਿਆ ਨਾਲ ਫੈਨ ਨੂੰ ਵੀ, ਥੋੜ੍ਹਿਆਂ ਨੂੰ ਬੋਲਦੇ ਫਿਰ ਵੀ ਸੀ, ਸਾਰਿਆਂ ਨੂੰ ਹੀ ਇੱਦਾਂ ਦੇ। ਬਾਕੀ ਯਾਰ ਤੁਸੀਂ ਵੀਡੀਓ ਦੇਖ ਲਿਓ, ਮੈਂ ਤਾਂ ਬਸ ਇਹੀ ਕਹੂੰਗਾ, ਇੱਕ ਵਾਰ ਮੈਡਮ ਦੀ ਵੀਡੀਓ ਦੇਖੋ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਕਿ ਮੈਂ ਸਹੀ ਬੋਲ ਰਿਹਾ ਜਾਂ ਪਬਲਿਸਿਟੀ ਲਈ ਬੋਲ ਰਿਹਾ ਜਾਂ ਕਿਹਦੇ ਲਈ ਬੋਲ ਰਿਹਾ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਇੱਕ ਵਾਰ ਵੀਡੀਓ ਦੇਖ ਲਓ ਅਤੇ ਕਲੀਅਰ ਹੋਜੂ ਸਾਰਾ ਕੁਛ। ਬਾਕੀ ਆ ਵੀਡੀਓ ਮੇਰੀ ਉਹਦੇ ਤੱਕ ਪਹੁੰਚਾ ਵੀ ਦਿਓ, ਮੈਨੂੰ ਕੋਈ ਡਰ ਵੀ ਨਹੀਂ ਹੈਗਾ ਕਿਸੇ ਦਾ। ਸੋ ਭਾਈ ਬੱਬੂ ਦੇ ਇੱਕ ਗਾਣਾ ਲਿਖਿਆ ਸੀਗਾ ਕੁਛ ਟਾਈਮ ਪਹਿਲਾਂ, ਲੀਕ ਹੋਇਆ ਸੀ ਜਦੋਂ ਮੈਂ ਹਲੇ ਸਟਾਰਟ ਕੀਤਾ ਸੀ ਗਾਉਣਾ, ਉਹ ਸੀ ਹੋ ਸੁਣੀ ਦੇ ਹਮੇਸ਼ਾ ਯਾਰ ਉਹ ਗਾਣੇ ਚੱਜਦੇ ਆ, ਝੱਤੋ ਪੈਰ ਵੂਫਰਾਂ ਤੇ ਰਹਿਣ ਵੱਜਦੇ ਆ, ਸੁਣੀ ਦੇ ਹਮੇਸ਼ਾ ਯਾਰ ਉਹ ਗਾਣੇ ਚੱਜਦੇ ਆ, ਝੱਤੋ ਪੈਰ ਵੂਫਰਾਂ ਤੇ ਰਹਿਣ ਵੱਜਦੇ ਆ, ਕੱਲੀ ਕੱਲੀ ਗੱਡੀ ਵਿੱਚ ਸੀੜੀ ਰੱਖੀ ਹੈ, ਹਿੰਡ ਪੂਰੀ ਮਿੱਤਰਾਂ ਨੇ ਚੀੜੀ ਰੱਖੀ ਹੈ, ਜੁਰਤ ਹੈ ਕਿਹਦੀ ਜਿਹੜਾ ਹਿੱਕ ਤਾਣ ਜੇ ਯਾਰ, ਘੱਟੜਿਆ ਫੈਨ ਬਾਈ ਬੱਬੂ ਮਾਨ ਦੇ, ਹਉ ਘੱਟੜਿਆ ਫੈਨ ਬਾਈ ਬੱਬੂ ਮਾਨ ਦੇ, ਘੱਟੜਿਆ ਫੈਨ ਖੰਟ ਵਾਲੇ ਮਾਨ ਦੇ। ਸੋ ਗਾਣਾ ਸੁਣ ਲਈ ਮੇਰਾ, ਸਭ ਕਲੀਅਰ ਹੋ ਜੂਗਾ। ਸਤਿ ਸ਼੍ਰੀ ਅਕਾਲ, ਥੈਂਕ ਯੂ, ਲਵ ਯੂ, ਜਿੰਨੇ ਵੀ ਸਪੋਰਟ ਕਰਦੇ ਹੋ, ਅਤੇ ਆਹ ਵੀਡੀਓ ਪਹੁੰਚਾ ਦਿਓ ਉਹਦੇ ਤੱਕ।